ਭਾਰਤੀ ਜਨਤਾ ਪਾਰਟੀ ਦੀ ਆਗੂ ਅਤੇ ਟਿਕਟੋਕ ਸਟਾਰ ਮਰਹੂਮ ਸੁਨਾਲੀ ਫੋਗਾਟ ਦੇ ਕਤਲ ਮਾਮਲੇ ਵਿੱਚ ਹੁਣ ਗੋਆ ਪੁਲਿਸ ਨੂੰ ਤਿੰਨ ਡਾਇਰੀਆਂ ਮਿਲੀਆਂ ਨੇ ਤੇ ਇਹਨਾਂ ਡਾਇਰੀਆਂ ਰਾਹੀਂ ਕੁਝ ਹੋਰ ਸਬੂਤ ਸਾਹਮਣੇ ਆਉਣ ਦੀ ਸੰਭਾਵਨਾ ਹੈ। ਗੋਆ ਪੁਲਿਸ ਨੂੰ ਮਰਹੂਮ ਅਭਿਨੇਤਰੀ ਅਤੇ ਭਾਜਪਾ ਆਗੂ ਸੁਨਾਲੀ ਫੋਗਾਟ ਦੀ ਹਰਿਆਣਾ ਦੇ ਹਿਸਾਰ ਵਾਲੀ ਰਿਹਾਇਸ਼ ਤੋਂ ਤਿੰਨ ਡਾਇਰੀਆਂ ਬਰਾਮਦ ਹੋਈਆਂ ਨੇ। ਗੋਆ ਪੁਲਿਸ ਲਗਾਤਾਰ ਤੀਜੇ ਦਿਨ ਸੰਤ ਨਗਰ ਸਥਿਤ ਫੋਗਾਟ ਦੀ ਰਿਹਾਇਸ਼ ਉੱਤੇ ਗਈ ਸੀ। ਉਨਾ ਸੋਨਾਲੀ ਫੁਗਾਟ ਦੇ ਕਮਰੇ ਅਤੇ ਪਾਸਵਰਡ ਨਾਲ ਸੁਰੱਖਿਅਤ ਲੋਕਰ ਦਾ ਜਾਇਜ਼ਾ ਲਿਆ ਪੁਲਿਸ ਨੇ ਲੋਕਰ ਨੂੰ ਸੀਲ ਜ਼ਰੂਰ ਕਰ ਦਿੱਤਾ ਹੈ ਦੱਸਿਆ ਗਿਆ ਕਿ ਗੁਆਹ ਪੁਲਿਸ ਦੇ ਇਨਸਪੈਕਟਰ ਥੀਰੌਨ ਡੀਕੋਸਟਾ ਦੀ ਅਗਵਾਹੀ ਵਿੱਚ ਪੁਲਿਸ ਟੀਮ ਕੁਝ ਦਿਨ ਪਹਿਲਾਂ ਕੇਸ ਦੀ ਜਾਂਚ ਲਈ ਹਰਿਆਣਾ ਦੇ ਹਿਸਾਰ ਆਈ ਸੀ ਉਹਨਾਂ ਕਿਹਾ ਕਿ ਪੂਰੀ ਜਾਂਚ ਤੋਂ ਬਾਅਦ ਹੀ ਕਿਸੇ ਨਤੀਜੇ ਉੱਤੇ ਪਹੁੰਚਿਆ ਜਾ ਸਕਦਾ ਹੈ ਇਸ ਦੌਰਾਨ ਫੁਗਾਟ ਦੇ ਪਰਿਵਾਰ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਪੁਲਿਸ ਟੀਮ ਤਕਰੀਬਨ 3 ਘੰਟੇ ਉਹਨਾਂ ਦੇ ਕਰ ਰਹੀ ਇਲੈਕਟ੍ਰੋਨਿਕ ਲੋਕਰ ਖੁੱਲ ਨਹੀਂ ਸਕਿਆ ਉਸ ਨੂੰ ਸੀਲ ਕਰ ਦਿੱਤਾ ਗਿਆ ਜਦਕਿ ਬਾਕੀ ਥਾਂ ਜਿੱਥੇ ਵੀ ਜਾਂਚ ਪੜਤਾਲ ਕੀਤੀ ਗਈ ਉੱਥੋਂ ਜੋ ਵੀ ਸਮਾਨ ਮਿਲਿਆ ਉਸ ਦੀ ਚੰਗੇ ਤਰੀਕੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਕੁਝ ਹੋਰ ਅਹਿਮ ਸਰਾਗ ਅਤੇ ਸਬੂਤ ਪੁਲਿਸ ਵੱਲੋਂ ਇਸ ਹਰਿਆਣਾ ਫੇਰੀ ਦੌਰਾਨ ਮਿਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ